90s ਦੀ ਫਿਲਮ ਜਬ ਪਿਆਰ ਕਿਸੀ ਸੇ ਹੋਤਾ ਹੈ ਇਹ ਤਾਂ ਤੁਸੀਂ ਵੇਖੀ ਹੋਏਗੀ ਬਸ ਉੱਥੇ ਛੋਟੇ ਆਦਿਤਯ ਨਰਾਇਣ ਨੂੰ ਅੱਜ ਦੀ ਅਲਾਇਆ ਐਫ ਨਾਲ ਰਿਪਲੇਸ ਕਰ ਦਿਉ ਅਤੇ ਉੱਥੋਂ ਦੇ ਸਲਮਾਨ ਖਾਨ ਨੂੰ ਕਰ ਦਿਉ ਰਿਪਲੇਸ ਸੈਫ ਅਲੀ ਖਾਨ ਨਾਲ ਅਤੇ ਤੁਹਾਨੂੰ ਕੀ ਮਿਲੂਗਾ ਜਵਾਨੀ ਜਾਨੇਮਨ ਸਤਿ ਸ਼੍ਰੀ ਅਕਾਲ ਮੈਂ ਹਾਂ ਜੈਸਮਿਨ ਅਤੇ ਤੁਸੀਂ ਦੇਖ ਰਹੇ ਹੋ ਕਨੈਕਟ ਮੂਵੀ ਰਿਵਿਊਜ਼ ਜਵਾਨੀ ਜਾਨੇਮਨ ਨੂੰ ਡਾਇਰੈਕਟ ਕੀਤਾ ਹੈ ਨਿਤਿਨ ਕੱਕੜ ਨੇ ਇਹ ਉਹੀ ਨਿਤਿਨ ਕੱਕੜ ਨੇ ਜਿਨ੍ਹਾਂ ਨੇ ਨੋਟਬੁੱਕ ਵਰਗੀ ਫਿਲਮ ਡਾਇਰੈਕਟ ਕੀਤੀ ਹੈ ਅਤੇ ਫਿਲਮਿਸਤਾਨ ਵਰਗੀ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਬਹੁਤ ਛੇਤੀ ਹੀ ਸਾਰਾ ਕੁਛ ਗਿਵ ਅਵੇ ਕਰਦਾ ਹੈ ਤੁਹਾਨੂੰ ਪਲੋਟ ਦਾ ਪਤਾ ਨਹੀਂ ਲੱਗੇਗਾ ਸਾਰਾ ਕੁਛ ਫਸਟ ਹਾਫ 'ਚ ਹੀ ਇਨਫੈਕਟ ਫਸਟ ਅੱਧੇ ਘੰਟੇ 'ਚ ਹੀ ਸਾਰੀ ਸਟੋਰੀ ਰਿਵੀਲ ਹੋ ਜਾਂਦੀ ਹੈ 33.333% ਚਾਂਸ ਕਿ ਆਪ ਮੇਰੇ ਪਾਪਾ ਹੋ ਜੇ ਸਟੋਰੀ ਦੀ ਗੱਲ ਕਰੀਏ ਤਾਂ ਵੈਲ ਇਸ ਵਿੱਚ ਕੁਛ ਵੀ ਨਵਾਂ ਨਹੀਂ ਹੈ ਇਸ ਫਿਲਮ ਵਿੱਚ ਤਿੰਨ ਤਿੰਨ ਸਟੋਰੀਆਂ ਦਾ ਮਿਸ਼ਰਨ ਹੈ ਦਿਲ ਚਾਹਤਾ ਹੈ ਕੋਕਟੇਲ ਅਤੇ ਜਬ ਪਿਆਰ ਕਿਸੀ ਸੇ ਹੋਤਾ ਇਹ ਸਾਰਾ ਕੁਛ ਇਕੱਠੇ ਕਰਕੇ ਇੱਕ ਸਟੋਰੀ ਬਣਾਤੀ ਗਈ ਹੈ ਸਟੋਰੀ ਬਹੁਤ ਹੀ ਸਲੋ ਚੱਲਦੀ ਹੈ ਅਤੇ ਕੁਛ ਖਾਸ ਇੰਟਰਸਟ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਨੈਕਸਟ ਇਹ ਹੋਣ ਵਾਲਾ ਇਹ ਹੋਣ ਵਾਲਾ ਇਹ ਹੋਣ ਵਾਲਾ ਫਿਲਮ ਵਿੱਚ ਜਿਹੜੀ ਕਾਮੇਡੀ ਹੈ ਸੋ ਕਾਲਡ ਕਾਮੇਡੀ ਹੈ ਉਹ ਕਾਫੀ ਫੋਰਸਡ ਹੈ ਤੁਹਾਨੂੰ ਹਾਸਾ ਨਹੀਂ ਆਊਗਾ ਇਨਫੈਕਟ ਜੇ ਤੁਸੀਂ ਕੋਸ਼ਿਸ਼ ਕਰੋਗੇ ਆਪਣੇ ਆਪ ਨੂੰ ਹਸਾਉਣ ਦੀ ਤਾਂ ਵੀ ਨਹੀਂ ਆਊਗਾ ਇਹ ਮੇਰੀ ਬੇਟੀ ਹੈ ਮੈਂ ਇਸਕਾ ਬਾਪ ਹੂੰ ਇਸਕੇ ਪੇਟ ਮੇਂ ਇਸਕੇ ਬੁਆਏਫ੍ਰੈਂਡ ਕਾ ਬੱਚਾ ਹੈ ਡਿੰਪੀ ਇਸਕਾ ਚਾਚਾ ਲੱਗਤਾ ਹੈ ਆਪ ਇਸਕੇ ਦਾਦਾ ਦਾਦੀ ਲੱਗਤੇ ਹੋ ਅਬ ਪਰਦਾਦਾ ਦਾਦੀ ਬਣਨੇ ਵਾਲੇ ਹੋ ਕਿਉਂਕਿ ਸਟੋਰੀ ਵਿੱਚ ਬਹੁਤਾ ਕੁਛ ਹੈ ਨਹੀਂ ਡਾਇਲੋਗਸ ਵੀ ਥੋੜ੍ਹੇ ਢਿੱਲੇ ਢਿੱਲੇ ਜਿਹੇ ਨੇ ਫਿਰ ਅਸੀਂ ਐਕਟਿੰਗ ਵਾਲੀ ਚੱਲਦੇ ਹਾਂ ਫਿਲਮ ਦਾ ਲੀਡ ਹੈ ਸੈਫ ਅਲੀ ਖਾਨ ਸੈਫ ਅਲੀ ਖਾਨ ਜੀ ਬਿਲਕੁਲ ਕੋਕਟੇਲ ਦੇ ਕੈਰੈਕਟਰ 'ਚੋਂ ਬਾਹਰ ਨਹੀਂ ਆਏ ਬਿਲਕੁਲ ਦਿਲ ਚਾਹਤਾ ਦੇ ਕੈਰੈਕਟਰ 'ਚੋਂ ਬਾਹਰ ਨਹੀਂ ਆਏ ਸੋ ਹਜੇ ਵੀ ਉਹ ਉੱਦਾਂ ਦੇ ਹੀ ਕੈਸਨੋਵਾ ਵਧੀਆ ਤਰੀਕੇ ਨਾਲ ਪਲੇ ਕਰ ਰਹੇ ਨੇ ਇਸ ਸਾਲ ਉਹਨਾਂ ਦੀ ਉਮਰ 40 ਸਾਲ ਹੈ ਸੋ 40 ਸਾਲ ਦੇ ਕੈਸਨੋਵਾ ਉਹ ਪਲੇ ਕਰ ਰਹੇ ਨੇ ਫਿਲਮ ਵਿੱਚ ਡੈਬਿਊ ਕਰ ਰਹੀ ਹੈ ਪੂਜਾ ਬੇਦੀ ਦੀ ਡੋਟਰ ਅਲਾਇਆ ਐਫ ਐਂਡ ਵੀ ਮਸਟ ਸੇ ਸ਼ੀ ਇਜ਼ ਡਨ ਅ ਬ੍ਰਿਲੀਅੰਟ ਜੋਬ ਕਾਫੀ ਵਧੀਆ ਕੰਮ ਕੀਤਾ ਹੈ ਕੁੜੀ ਨੇ ਕਾਫੀ ਸਟਰੋਂਗ ਕੈਰੈਕਟਰ ਹੈ ਉਹਦਾ ਇਨਫੈਕਟ ਉਹਦਾ ਹੀ ਇੱਕ ਕੈਰੈਕਟਰ ਹੈ ਜਿਹੜਾ ਤੁਹਾਨੂੰ ਸਮਝ ਆਉਂਦਾ ਹੈ ਫਿਲਮ ਵਿੱਚ ਇਸ ਤੋਂ ਇਲਾਵਾ ਨੇ ਤੱਬੂ ਅਸੀਂ ਤੁਹਾਨੂੰ ਦੱਸ ਦਈਏ ਕਿ ਤੱਬੂ ਸੁਣ ਕੇ ਤੁਸੀਂ ਖੁਸ਼ ਨਾ ਹੋ ਜਾਓ ਕਿਉਂਕਿ ਤੱਬੂ ਨੂੰ ਐਕਚੁਅਲੀ ਇਸ ਫਿਲਮ ਵਿੱਚ ਕਾਫੀ ਵੇਸਟ ਕੀਤਾ ਗਿਆ ਅਤੇ ਵੇਸਟ ਦੀ ਗੱਲ ਕਰੀਏ ਇੱਕ ਪੂਰੀ ਲਿਸਟ ਹੈ ਐਕਟਰਸ ਦੀ ਜਿਨ੍ਹਾਂ ਨੂੰ ਇਸ ਫਿਲਮ ਵਿੱਚ ਵੇਸਟ ਕੀਤਾ ਗਿਆ ਨੰਬਰ 1 ਕੁਬਰਾ ਸੇਠ ਹੁਣ ਕੁਬਰਾ ਸੇਠ ਨੂੰ ਤੁਸੀਂ ਸੀਕ੍ਰੇਟ ਗੇਮਸ 'ਚ ਦੇਖਿਆ ਇੰਜੋਏ ਕੀਤਾ ਪਰ ਇੱਥੇ ਸ਼ੀ ਇਜ਼ ਅ ਟੋਟਲ ਵੇਸਟ ਫਰੀਦਾ ਜਲਾਲ ਸ਼ਵਿੰਦਰ ਮਹਿਲ ਕਿੱਕੂ ਸਾਰਦਾ ਇਹ ਸਾਰੇ ਇਹੋ ਜਿਹੇ ਐਕਟਰਸ ਨੇ ਜੋ ਬ੍ਰਿਲੀਅੰਟ ਐਕਟਰਸ ਨੇ ਬਸ ਇਨ ਫਿਲਮ 'ਚ ਉਹਨਾਂ ਦੀ ਕੈਰੈਕਟਰਾਈਜੇਸ਼ਨ ਇੰਨੀ ਵੀਕ ਹੈ ਉਹ ਆਏ ਅਤੇ ਗਏ ਇਨਫੈਕਟ ਆਏ ਰਹੇ ਪਰ ਕੋਈ ਇੰਪ੍ਰੈਸ਼ਨ ਨਾ ਜਮਾ ਸਕੇ ਫਿਲਮ ਦਾ ਮਿਊਜ਼ਿਕ ਦਿੱਤਾ ਹੈ ਗੌਰਵ ਰੋਸ਼ਨ ਤਨਿਸ਼ ਬਾਗਚੀ ਐਂਡ ਪ੍ਰੇਮ ਹਰਦੀਪ ਨੇ ਅਤੇ ਮਿਊਜ਼ਿਕ ਜਿਹੜਾ ਹੈ ਕਾਫੀ ਠੰਡਾ ਹੈ ਕੁਝ ਜ਼ਿਆਦਾ ਇੰਟਰਸਟਿੰਗ ਹੈ ਨਹੀਂ ਫਿਲਮ ਦੇ ਮਿਊਜ਼ਿਕ ਵਿੱਚ ਇੱਕ ਜੈਜ਼ੀ ਬੀ ਦਾ ਗਾਣਾ ਹੈ ਜਿਹਨੇ ਮੇਰਾ ਦਿਲ ਲੁੱਟਿਆ ਜੋ ਸਾਰਿਆਂ ਨੂੰ ਪਸੰਦ ਆ ਰਿਹਾ ਫਿਲਮ ਵਿੱਚ ਇਨਫੈਕਟ ਮਿਊਜ਼ਿਕ ਸਟਾਰਟਿੰਗ ਦੇ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਹਰ ਥੋੜ੍ਹੀ ਦੇਰ ਬਾਅਦ ਇੱਕ ਗਾਣਾ ਆ ਜਾਂਦਾ ਹੈ ਅਤੇ ਤੁਸੀਂ ਥੋੜ੍ਹੇ ਹੈਰਾਨ ਹੋ ਗਏ ਹੋ ਕੀ ਰਿਹਾ ਨੈਵਰ ਐਂਡਿੰਗ ਪਾਰਟੀ ਤਾਂ ਨਹੀਂ ਸ਼ੁਰੂ ਕਰਤੀ ਕਿਤੇ ਡਾਇਰੈਕਟਰ ਸਾਹਿਬ ਨੇ ਓਵਰਆਲ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਕੁਝ ਇੰਟਰਸਟਿੰਗ ਦੇਖਣ ਨੂੰ ਤੁਹਾਨੂੰ ਨਹੀਂ ਮਿਲਣਾ ਉਹੀ ਸੈਫ ਅਲੀ ਖਾਨ ਜੋ ਇੰਨੇ ਸਾਲਾਂ ਤੋਂ ਸੇਮ ਤਰ੍ਹਾਂ ਦੇ ਰੋਲ ਕਰਦੇ ਆ ਰਹੇ ਨੇ ਉਹੀ ਦੇਖਣ ਨੂੰ ਤੁਹਾਨੂੰ ਮਿਲਣਗੇ ਥੋੜ੍ਹੀ ਜਿਹੀ ਤੱਬੂ ਦੇਖਣ ਨੂੰ ਮਿਲੇਗੀ ਅਤੇ ਫਰੈਸ਼ ਫੇਸ ਦੇਖਣਾ ਹੈ ਅਤੇ ਅਲਾਇਆ ਐਫ ਦੈਟਸ ਆਲ ਦੈਟ ਯੂ ਕੈਨ ਗੈਟ ਇਨ ਜਵਾਨੀ ਜਾਨੇਮਨ ਅਤੇ ਇੱਕ ਗਾਣਾ ਜਿਸ 'ਤੇ ਤੁਸੀਂ ਨੱਚ ਟੱਪ ਸਕਦੇ ਹੋ ਬਾਕੀ ਉਹਦੇ 'ਚ ਕੁਛ ਵੀ ਨਹੀਂ ਹੈ ਬਹੁਤ ਸਾਰੀ ਫਿਲਮਾਂ ਦੀ ਖਿਚੜੀ ਜਵਾਨੀ ਜਾਨੇਮਨ ਹੈ ਸੋ ਕਨੈਕਟ ਮੂਵੀ ਰਿਵਿਊਜ਼ ਵੱਲੋਂ ਅਸੀਂ ਦਿੰਦੇ ਹਾਂ ਫਿਲਮ ਨੂੰ 1.5 ਸਟਾਰ